ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬ ਵੈਦਰ ਟੀਵੀ ਤੇ ਗੱਲਬਾਤ ਕਰਾਂਗੇ ਆਪਾਂ ਭਾਰਤ ਤੇ ਪੰਜਾਬ ਸੂਬੇ ਦੀਆਂ तमाम ਵੱਡੀਆਂ ਖਬਰਾਂ ਦੇ ਬਾਰੇ ਵਿੱਚ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਸ਼ੁਰੂਆਤ ਕਰਦੇ ਆਂ ਪਹਿਲੀ ਵੱਡੀ ਖਬਰ ਤੋਂ ਪੰਜਾਬ 'ਚ ਫਿਲਹਾਲ ਆਨਲਾਈਨ ਲੱਗਣਗੀਆਂ ਕਲਾਸਾਂ ਪ੍ਰੀਖਿਆਵਾਂ ਬਾਰੇ ਹਾਲੇ ਕੋਈ ਫੈਸਲਾ ਨਹੀਂ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਮੇਟੇ ਫਿਲਹਾਲ ਕਲਾਸਾਂ ਆਨਲਾਈਨ ਹੀ ਹੋਣਗੀਆਂ ਤੇ ਪੰਜਾਬ ਸਰਕਾਰ ਨੇ ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਆਫਲਾਈਨ ਪ੍ਰੀਖਿਆਵਾਂ ਕਰਵਾਉਣ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਦੌਰਾਨ ਦਿੱਤੀ। ਹਾਂਜੀ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਇਸ ਬਾਰੇ ਚोप ਹੈ ਕਿ ਪ੍ਰੀਖਿਆਵਾਂ ਕਿਵੇਂ ਹੋਣਗੀਆਂ ਤੇ ਪੰਜਾਬ ਸਰਕਾਰ ਇਸ ਬਾਰੇ ਹਾਲਤ ਦਾ ਮੁਲਾਂਕਣ ਕਰਕੇ 30 ਅਪ੍ਰੈਲ ਤੱਕ ਅੰਤਿਮ ਫੈਸਲਾ ਲਵੇਗੀ। ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਮਨਪ੍ਰੀਤ ਕੌਰ ਨੇ ਤੇ ਹੋਰਨਾ ਐਡਵੋਕੇਟ ਵੈਲਾਵਾ ਗੋਇਲਾ ਰਾਹੀਂ ਪੰਜਾਬ ਤੇ ਹਰਿਆਣ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਜਿਸ ਦਾ ਐ ਜੀ ਐਸ ਅਧੀਨ ਪ੍ਰੀਖਿਆਵਾਂ ਆਫਲਾਈਨ ਕਰਵਾਉਣ ਦੀ ਗੱਲ ਆਖੀ ਗਈ ਸੀ। ਅਗਲੀ ਵੱਡੀ ਖਬਰ ਆ ਰਹੀ ਜੇ ਪੰਜਾਬ ਵਿੱਚ ਸਖਤ ਪਾਬੰਦੀਆਂ ਲਾਗੂ ਵਿਆਹ ਤੇ ਸੰਸਕਾਰ ਵਿੱਚ ਸਿਰਫ ਇਨੇ ਵਿਅਕਤੀ ਹੋ ਸਕਣਗੇ ਸ਼ਾਮਲ। ਕਰੋਨਾ ਵਾਇਰਸ ਦੀ ਦੂਜੀ ਲਹਿਰ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਫੈਰੀ ਅਤੇ ਜਿਸ ਨੂੰ ਦੇਖਦਿਆਂ ਪੰਜਾਬ ਸਰਕਾਰ ਸਖਤ ਪਾਬੰਦੀਆਂ ਲਾਗੂ ਕਰੀ ਅਤੇ ਸਰਕਾਰ ਨੇ ਇਹਨਾਂ ਨਿਯਮਾਂ ਦੀ ਸਖਤ ਪਾਲਣਾ ਕਰਨ ਦੀ ਪੀਲ ਵੀ ਕੀਤੀ ਅਤੇ ਅਜਿਹਾ ਨਾ ਕਰਨ ਵਾਲੇ ਦੇ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ ਹਨ ਤਾਜ਼ਾ ਦੇਸ਼ਾਨ ਨਿਰਦੇਸ਼ ਜਾਰੀ ਹੋਏ ਹਨ ਜਿ 3 ਅਪ੍ਰੈਲ ਤੱਕ ਜਨਤਕ ਰੈਲੀਾਂ ਤੇ ਪੂਰਨ ਪਾਬੰਦੀ ਲਾਉਣ ਦੇ ਦੇਸ਼ਾਨ ਤੇ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਡੀ ਐਮ ਐ ਮਹਾਮਾਰੀ ਐਕਟ ਤਹਿਤ ਮੁਕਾਦਮਾ ਦਰਜ ਕੀਤਾ ਜਾਵੇਗਾ ਤੇ ਬੁੱਧਵਾਰ ਤੋਂ ਪੂਰੇ ਪੰਜਾਬ ਵਿੱਚ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ ਤੇ ਨਾਈਟ ਕਰਫਿਊ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ ਤੇ ਪਹਿਲਾ 12 ਜਿਹੜੇ ਵਿੱਚ ਨਾਈਟ ਕਰਫਿਊ ਲਗਾਇਆ ਗਿਆ ਹੈ ਤੇ ਅੰਤਮ ਸੰਸਕਾਰ ਤੇ ਵਿਆਹਾਂ ਅੱਜ ਸ਼ਾਮ ਨੂੰ ਹੋਣ ਵਾਲੇ ਲੋਕਾਂ ਦੀ ਗਿਣਤੀ ਘਟਾ ਕੇ ਘਟਾ ਕੇ ਬੰਦ ਥਾਂ ਤੇ 50 ਤੇ ਖੁੱਲ੍ਹੀ ਥਾਂ ਤੇ 100 ਕਰ ਦਿੱਤੀ ਕਿਤੇ ਦਫ਼ਤਰਾਂ ਵਿੱਚ ਹਾਜ਼ਰ ਸਾਰੇ ਸਰਕਾਰੀ ਕਰਮਚਾਰੀਆਂ ਲਈ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਤੇ ਸਕੂਲ ਕਾਲਜ ਤੇ ਹੋਰ ਵਿਦਿਅਕ ਅਸਥਾਨਾਂ ਨੂੰ 3 April ਤੱਕ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਤੇ ਦੁਕਾਨਾਂ ਤੇ ਮਾਲ ਜਲੇ ਵੀ ਹੁਕਮ ਜਾਰੀ ਹੋਏ ਨੇ ਕਿ ਕਿਸੇ ਵੀ ਦੁਕਾਨ ਵਿੱਚ ਇੱਕ ਸਮੇਂ ਸਿਰਪ 10 ਲੋਕਾਂ ਨੇ ਇਕੱਤਰ ਹੋਣ ਦੀ ਮੰਜੂਰੀ ਦਿੱਤੇ ਗਿਆ ਤੇ ਉੱਥੇ ਹੀ ਮਾਲ ਦੇ ਵਿੱਚ ਇੱਕ ਸਮੇਂ 100 ਤੋਂ ਵੱਧ ਲੋਕਾਂ ਨੂੰ ਐਂਟਰੀ ਨਹੀਂ ਮਿਲੇਗੀ। ਅਗਲੀ ਖਬਰ ਹੈ ਜੀ 7ਵਾਂ ਪੀ ਕਮਿਸ਼ਨ ਜੁਲਾਈ ਤੋਂ ਵੱਧ ਸਕਦਾ ਹੈ ਤੁਹਾਡਾ ਪੀਐਫ ਕੰਟਰੀਬਿਊਸ਼ਨ ਜਾਣੋ ਕਿਸ ਨੂੰ ਹੋਵੇਗਾ ਲਾਭ। ਸਰਕਾਰ ਜੁਲਾਈ ਵਿੱਚ ਕੇਂਦਰੀ ਕਰਮਚਾਰੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਦੇ ਸਕਦੇ ਤੇ ਇਸ ਸਾਲ ਜੂਨ ਵਿੱਚ ਸਰਕਾਰ ਮਹਿੰਗਾਈ ਪੱਤੇ ਵੱਜੋ। ਵੱਡੀ ਰਕਮ ਦੇ ਸਾਗ੍ਰਹਿ ਹਤੇ ਕੋਰੋਨਾ ਦੇ ਕਾਰਨ ਇਸ ਸਮੇਂ ਕੇਂਦਰ ਸਰਕਾਰ ਤੇ ਕਰਮਚਾਰੀਆਂ ਦੀ ਮਹਿੰਗਾਈ ਪੱਤੇ ਤੇ ਪਾਬੰਦੀ ਲਗਾਈ ਜਾ ਰਹੀ ਹੈ ਤੇ ਇਹ ਹੈਰ ਜੂਨ 2021 ਤੱਕ ਹੈ ਤੇ ਸਰਕਾਰ ਨੇ ਇਸ ਪਹਿਲੇ ਦੀ ਕੋਸ਼ਿਸ਼ ਨਾ ਕਰਦੇ ਆ ਕਿਹਾ ਕਿ ਮਹਿੰਗਾਈ ਭੱਤੇ ਦੀ ਘੋਸ਼ਣਾ ਸਮੇਂ-ਸਮੇਂ ਤੇ ਕੀਤੀ ਜਾਵੇਗੀ ਪਰ ਇਸ ਨੂੰ ਮੁੱਢਲੀ ਤਨਖਾਹ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਹਾਲਾਂਕਿ ਸਪਸ਼ਟ ਹੈ ਕਿ ਪ੍ਰਣਾਲੀ ਬਹਾਲ ਹੋਣ ਤੋਂ ਬਾਅਦ ਦੀਆਂ ਤਿੰਨ ਕਿਸ਼ਤਾਂ ਸੀਜੀਐਸ ਦੀ ਤਨਖਾਹ ਵਿੱਚ ਸ਼ਾਮਲ ਕਰ ਦਿੱਤੀਆਂ ਜਾਣਗੀਆਂ ਤੇ ਪੀਐਫ ਦੀ ਗਣਨਾ ਹਮੇਸ਼ਾ ਤਨਖਾਹ ਤੇ ਮਹਿੰਗਾਈ ਭੱਤਾ ਜੋੜ ਕੇ ਕੀਤੀ ਜਾਂਦੀ ਹੈ ਸੱਤਵੇਂ ਪੇ ਕਮਿਸ਼ਨ ਅਦੇ ਇਹ ਨਾ ਕੇਂਦਰੀ ਕਰਮਚਾਰੀਆਂ ਨੂੰ ਦਿੱਤੇ ਮਹंगाई ਭੱਤੇ ਵਿੱਚ ਕੋਈ ਵਾਅਦਾ ਨਹੀਂ ਹੋਇਆ ਤਾਂ ਕੇਂਦਰੀ ਕਰਮਚਾਰੀਆਂ ਦੇ ਮਹंगाई ਭੱਤੇ ਵਿੱਚ ਭਾਰੀ ਹਿਸ਼ਾਲ ਮਾਰੀ ਜਾਵੇਗੀ ਤੇ ਕੋਈ ਵੀ ਕਰਮਚਾਰੀ ਜੂਨ 2021 ਵਿੱਚ 4% ਮਹंगाई ਭੱਤੇ ਦੇ ਵਾਅਦੇ ਦੀ ਉਮੀਦ ਕਰ ਸਕਦਾ ਹੈ ਤੇ ਇਸ ਤੋਂ ਇਲਾਵਾ ਜਨਵਰੀ ਤੋਂ ਜੂਨ 2020 ਤੱਕ ਮਹंगाई 20% ਤੇ 10% ਤੇ ਜੁਲਾਈ ਤੋਂ ਦਸੰਬਰ ਤੱਕ 4% ਜਾਂ ਤਾਂ ਕੇਨ ਕਰਮਚਾਰੀਆਂ ਨੂੰ ਸ਼ਾਮਲ ਕਰਨਾ ਕਿ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ ਤੇ ਮੌਜੂਦਾ ਇਹਨਾਂ ਸਰਕਾਰਾਂ ਤੋਂਗਾ 20% ਤੋਂ 2.5% ਹੋਣ ਦੀ ਉਮੀਦ ਹੈ। ਅਗਲੀ ਖਬਰ ਆ ਰਹੀ ਜੇ ਲਖਸਿਧਾਨਾ ਦੇ ਭਰਾ ਦੀ ਕਟਮਾਰ ਮਾਮਲੇ ਵਿੱਚ ਨਵਜੂਤ ਸਿੱਧੂ ਨੇ ਪੰਜਾਬ ਸਰਕਾਰ ਦਾ ਕੀਤਾ ਕਿਰਾਓ। ਲਖਸਿਧਾਨਾ ਦੇ ਭਰਾ ਨੂੰ ਦਿੱਲੀ ਪੁਲਿਸ ਵੱਲੋਂ ਕੁੱਟਣ ਦੇ ਮਾਮਲੇ ਵਿੱਚ ਨਵਜੂਤ ਸਿੰਘ ਸਿੱਧੂ ਨੇ ਆਪਣਾ ਪੱਖ ਰੱਖਿਆ ਹੈ ਤੇ ਇਸ ਦੇ ਨਾਲ ਉਸ ਨੇ ਪੰਜਾਬ ਸਰਕਾਰ ਦੇ ਹੁਣ ਤੱਕ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਨਾ ਕਰਨ ਦੇ ਬਾਰੇ ਵਿੱਚ ਵੀ ਸਵਾਲ ਖੜੇ ਕੀਤੇ ਹਨ ਤੇ ਲਖੇ ਸਿਧਾਨੇ ਦੇ ਬਾਰੇ ਵਿੱਚ ਸਿੱਧੂ ਨੇ ਲਿਖਿਆ ਹੈ ਕਿ ਇਹ ਸ਼ਰਮਨਾਕ ਗੱਲ ਹੈ ਕਿ ਤੁਹਾਡੇ ਪੁਲਿਸ ਨੂੰ ਸਾਡੇ ਅਧਿਕਾਰਤ ਖੇਤਰ ਵਿੱਚ ਪੰਜਾਬੀਆਂ ਨੂੰ ਤਸੀਹੇ ਦੇਣ ਦੀ ਇਜਾਜ਼ਤ ਹੈ ਤੇ ਇਹ ਪੰਜਾਬ ਸਰਕਾਰ ਦੇ ਅਧਿਕਾਰ ਦੀ ਉਲੰਘਣਾ ਕਰਦਾ ਹੈ ਤੇ ਕਿਸ ਦੀ ਮিলি ਭੋਗਤ ਦੇ ਨਾਲ ਇਹ ਕੀਤਾ ਗਿਆ ਮਮਤਾ ਬੈਨਰਜੀ ਤੋਂ ਸਬਕ ਲੈਣ ਦੀ ਸਿੱਖਣਾ ਚਾਹੀਦਾ ਹੈ ਤੇ ਜਿਨ੍ਹਾਂ ਨੇ ਪਛਮੀ ਬੰਗਾਲ ਦੇ ਅਧਿਕਾਰਤ ਖੇਤਰ ਵਿੱਚ ਕਬਜ਼ਾ ਕਰਨ ਵਾਲੀ ਨੂੰ ਸਲਾਖਾਂ ਪਿੱਛੇ ਕਰ ਦਿੱਤਾ ਹੈ ਤੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਹਨ ਕਿ ਹਾਜੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਜੋ ਜੇ ਉਹਨਾਂ ਨੇ ਟਵੀਟ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਉਹਨਾਂ ਨੇ ਲਿਖਿਆ ਹੈ ਕਿ ਇਸ ਵਿੱਚ ਕੁਝ ਗੁੰਝਲਦਾਰੀਆਂ ਹਨ ਤੇ ਜਿਸ ਨਾਲ ਇਹ ਸਪਸ਼ਟ ਹੈ ਕਿ ਸਿੱਧੂ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾ ਖੁਸ਼ ਹਨ ਅਤੇ ਕਿਤੇ ਕਿਤੇ ਪੰਜਾਬ ਸਰਕਾਰ ਨੂੰ ਵੀ ਦੋਸ਼ੀ ਠਹਿਰਾਏ ਹਨ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਲੱਖਾਂ ਹਦਾਨਾ ਆਪਣੇ ਹਜ਼ਾਰਾਂ ਸਮਰਥਕਾਂ ਦੇ ਨਾਲ ਦਿੱਲੀ ਦੇ ਕੇਐਮਪੀ ਰੋਡ ਜਾਮ ਕਰਨ ਲਈ ਦਿੱਲੀ ਪਹੁੰਚਿਆ ਸੀ ਪਰ ਆਖਰੀ ਦਿਨ ਉਸਦੇ ਭਰਾ ਨੂੰ ਦਿੱਲੀ ਪੁਲਿਸ ਨੇ ਕੋਟਿਆ ਜਸਤੂ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਬਠਿੰਡਾ ਲਹਿ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਜਾਣਕਾਰੀ ਦੇ ਅਨੁਸਾਰ ਉਹਨਾਂ ਦੇ ਚਾਚੇ ਦਾ ਲੜਕਾ ਗੁਰਦੀਪ ਸਿੰਘ ਕਾਨੂੰਨ ਦਾ ਪੇਪਰ ਦੇਣ ਲਈ ਪਟਿਆਲੇ ਗਿਆ ਉਸ ਪਰ ਉੱਥੋਂ ਦਿੱਲੀ ਪੁਲਿਸ ਉਸ ਨੂੰ ਦਿੱਲੀ ਲੈ ਗਈ ਤੇ ਉੱਥੇ ਕੁੱਟਮਾਰ ਕੀਤੀ ਗਈ ਜਿਹਦੇ ਨਾਲ ਉਹਦੀ ਮਾਨਸਿਕ ਸਥਿਤੀ ਵੀ ਕਾਫੀ ਗੰਭੀਰ ਹੈ ਤੇ ਸਰੀਰ ਤੇ ਸੱਟ ਦੇ ਨੁਕਸਾਨ ਵੀ ਹਨ ਤੇ ਉਸ ਦੇ ਨਾਲ ਹੀ ਲਖਾ ਹਦਾਨਾ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ ਹਨ ਕਿ ਦਿੱਲੀ ਪੁਲਿਸ ਪੰਜਾਬ ਵਿੱਚ ਕਿਵੇਂ ਵੜ ਗਏ ਅਤੇ ਪੰਜਾਬ ਪੁਲਿਸ ਨੂੰ ਕੋਈ ਸਲਾਹ ਦਿੱਤੇ ਬਿਨਾ ਅਤੇ ਭਰਾ ਨੂੰ ਕਿਵੇਂ ਚੁੱਕ ਸਕਦੀ ਹੈ ਅਗਲੀ ਵੱਡੀ ਖਬਰ ਹੈ ਜੀ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੂਮਰ ਨੂੰ ਕਿਸਾਨਾਂ ਦਾ ਠੋਕਮਾ ਜਵਾਬ ਅੰਦੋਲਨ ਖਤਮ ਕਰਨ ਤੇ ਕਹੀ ਵੱਡੀ ਗੱਲ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੂਮਰ ਨੇ ਕਰੋਨਾ ਦਾ ਵਾਸਤਾ ਦੇ ਕੇ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ ਅਤੇ ਇਸ ਸਮਗਰੂ ਕਿਸਾਨਾਂ ਨੇ ਖੇਤੀ ਮੰਤਰੀ ਨੂੰ ਜਵਾਬ ਦਿੱਤਾ ਹੈ ਤੇ ਕਿਸਾਨ ਲੀਡਰਾਂ ਨੇ ਕਿਹਾ ਕਿ ਸਰਕਾਰ ਕਰੋਨਾ ਤੇ ਲੋਕਾਂ ਦੀ ਸਿਹਤ ਪ੍ਰਤੀ ਇੰਨੀ ਹੀ ਫਿਕਰਮੰਦ ਹੈ ਤਾਂ ਕਰੋਨਾ ਦੇ ਦੌਰਾਨ ਕਾਲੇ ਕਾਨੂੰਨ ਕਿਉਂ ਲਿਆਂਦੇਗੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗੱਲ ਨੇ ਕਿਹਾ ਹੈ ਕਿ ਦੇਸ਼ ਭਰ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਮੌਤ ਦੇ ਵਰੰਟ ਮੰਨਦੇ ਹਨ ਤੇ ਇਸ ਕਾਰਨ ਮੋਰਚਾ ਅੰਦਰ ਡਟੇ ਹੋਏ ਹਨ ਤੇ ਜੇ ਸਰਕਾਰ ਕਰੋਨਾ ਤੇ ਲੋਕਾਂ ਦੀ ਸਿਹਤ ਪ੍ਰਤੀ ਇਨੀ ਹੀ ਪੇਕਰ ਮਾਨ ਹੈ ਤਾਂ ਕਰੋਨਾ ਦੇ ਦੌਰਾਨ ਕਾਲੇ ਕਾਨੂੰਨ ਕਿਉਂ ਲਿਆਂਦੇਗੇ ਬੁਰਜਗੱਲ ਨੇ ਕਿਹਾ ਕਿ ਸਰਕਾਰ ਕਾਨੂੰਨ ਰੱਦ ਕਰ ਦੇਵੇ ਤੇ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦ ਦੀ ਗਾਰੰਟੀ ਦਾਕਨੂੰਨ ਬਣਾ ਦੇਵੇ ਤਾਂ ਸਾਰੇ ਕਿਸਾਨ ਉਦੋਂ ਹੀ ਘਰਾਂ ਨੂੰ ਚਲੇ ਜਾਣਗੇ। ਹਤਲਾਸ ਰਿਏ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਣ ਨੇ ਸ਼ਨੀਵਾਨੂ ਕਸਾਨਾਂ ਨੂੰ ਅਪੀਲ ਕੀਤੀ ਸੀ ਕਿ ਕਰੋਨਾ ਵਾਇਰਸ ਦੇ ਬਾਅਦ ਰਹੇਗੇ ਸਾਰੇ ਮੱਦੇ ਨਜ਼ਰ ਉਹ ਦਿਲੀਂਗਾਂ ਰਹਾਦਾਂ ਤੇ ਕੀਤਾ ਜਾ ਰਿਹਾ ਸੰਘਾਰਸ਼ ਖਤਮ ਕਰ ਦੇਣ ਤੇ ਤੋਮਣ ਨੇ ਕਹਿ ਸੀ ਕਿ ਜਦ ਵੀ ਕਿਸਾਨ ਕੋਈ ਠੋਸ ਤਜਵੀਜ਼ ਲੈ ਕੇ ਆਉਣਗੇ ਤਾਂ ਸਰਕਾਰ ਗੱਲਬਾਤ ਕਰੇਗੀ। ਅਗਲੀ ਖਬਰ ਹੈ ਜੀ ਬਾਦਰਾ ਵਿੱਚ ਵਾਪਸੀ ਪੰਜਾਬੀਆਂ ਨਾਲ ਗਦਾਰੀ ਹੋਵੇਗੀ ਸ਼੍ਰੋਮਨੀਆ ਅਕਾਲੀ ਦਲ ਡੀ ਦੇ ਕੌਮੀ ਪ੍ਰਧਾਨ ਟੀਂਡਸਾ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਹੋਰ ਜਿਨ੍ਹਾਂ ਨੇ ਸਾਨੂੰ ਮੁੜ ਬਾਦਲ ਦਲ ਨਾਲ ਆਉਣ ਬਾਰੇ ਸ਼ੂਸ਼ੇ ਬਾਜੀ ਤੇ ਬਿਆਨਬਾਜ਼ੀ ਕੀਤੀ ਹੈ ਤੇ ਉਹਨਾਂ ਨੇ ਉਹਨਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਢੀਂਡ ਸਾ ਪਿਓ ਪੁੱਤ ਨੇ ਜੋ ਪੰਜਾਬੀਆਂ ਨਾਲ ਵਾਅਦਾ ਕੀਤਾ ਹੈ ਉਹ ਹਮੇਸ਼ਾ ਕਾਇਮ ਰਹਿਣਗੇ ਅਤੇ ਉਹਨਾਂ ਨੇ ਕਿਹਾ ਕਿ ਬਾਦਲ ਕਾਂ ਵਿੱਚ ਮੁੜ ਜਾਣਾ ਪੰਜਾਬੀਆਂ ਨਾਲ ਵੱਡੀ ਗਦਾਰੀ ਹੋਵੇਗੀ ਤੇ ਜੇਕਰ ਅਸੀਂ ਇੰਜ ਕੀਤਾ ਤਾਂ ਸਾਨੂੰ ਪੰਜਾਬੀ ਸੱਤ ਜਾਨਮਾ ਤੱਕ ਮਾਫ ਨਹੀਂ ਕਰਨਗੇ ਤੇ ਉਹਨਾਂ ਨੇ ਕਹਿ ਕੇ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਈਵੇਟ ਲਿਮਟਿਡ 파ਰਟੀ ਬਣਾ ਲਿਆ ਤੇ ਉਹਨਾਂ ਨੇ ਕਹਿ ਕੇ ਉਸ ਵਿੱਚ ਜਿਹੜੇ ਨੇਤਾ ਬੈਠੇ ਹਨ ਉਹ ਸੁਖਬੀਰ ਬਾਦਲ ਦੇ ਤਾਨਾਸ਼ਾਹ ਰਹੀਏ ਤੇ ਦੁਖੀ ਹਨ ਤੇ ਕਿਸੇ ਵੀ ਵੇਲੇ ਵੀ ਜੇ ਕਾਰੇ ਛੱਡ ਸਕਦੇ ਹਨ ਤੇ ਉਹਨਾਂ ਨੇ ਕਹਿ ਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਸਲਾਹ ਦਿੱਤੀ ਹੈ ਕਿ ਹੁਣ ਬਹੁਤ ਹੋ ਗਿਆ ਕਿ ਬਾਦਲ ਕੰਦੀ ਹਜ਼ੂਰੀ ਛੱਡ ਕੇ ਸਾਡੇ ਵਾਂਗ ਆਜ਼ਾਦ ਹੋ ਕੇ ਸਾਡੇ ਦਰਵਾਜ਼ੇ ਉਹਨਾਂ ਦੇ ਲਈ ਹਮੇਸ਼ਾ ਖੁੱਲੇ ਹਨ ਅਗਲੀ ਵੱਡੀ ਖਬਰ ਹੈ ਜੀ ਪੰਜਾਬ ਕਾਂਗਰਸ ਦੇ ਤੀ ਵਿਧਾਇਕਾਂ ਦੇ ਟੈਕਟ ਕੱਟਣ ਦੀ ਤਿਆਰੀ ਸ਼ੁਰੂ ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਵੱਲੋਂ ਪੂਰੇ ਜ਼ੋਨਾਂ-ਚੋਣਾਂ ਦੇ ਨਾਲ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਅਤੇ ਇਸ ਦੌਰਾਨ ਕਾਂਗਰਸ ਪਾਰਟੀ ਵਿੱਚ ਵੀ ਹਲਚਲ ਸ਼ੁਰੂ ਹੋ ਗਈ ਹੈ ਦੇ સૂਤਰਾ ਦੀ ਗੱਲ ਕੀਤੀ ਜਾਵੇ ਤਾਂ ਮੰਨਿਆ ਤਾਂ ਕਪਤਾਨ ਤੇ ਪ੍ਰਸ਼ਾਦ ਇਸ ਔਰ ਨੂੰ ਵੀ ਰਾਣਾ ਨੀਤੀਕਾਰਨ ਯੋਗਤਾ ਕਰਨ ਦੇ ਫੈਸਲੇ ਦੇ ਨਾਲ ਲੋਕਾਂ ਨੂੰ ਠੇਸ ਹੌਂਸਾ ਕਰ ਰਿਹਾ ਤੇ ਸੂਤਰਾਂ ਨੇ ਮੰਨ ਗਏ ਤਾਂ ਪ੍ਰਸ਼ਾਂਤ ਕਸ਼ੋਰ ਦੇ ਕਾਰਨ ਪੰਜਾਬ ਦੇ ਕਈ ਵਿਧਾਇਕਾਂ ਦੀਆਂ ਟੈਗਟਾਂ ਕੱਟੀਆਂ ਜਾ ਸਕਦੀਆਂ ਹਨ ਤੇ ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਪ੍ਰਸ਼ਾਂਤ ਕਸ਼ੋਰ ਨੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਘਟੋ ਘੱਟ 30 ਵਿਧਾਇਕਾਂ ਨੂੰ ਬਦਲਣ ਅਤੇ ਮੌਜੂਦਾ ਹਲਕਿਆਂ ਤੋਂ ਦੂਜੇ ਹਲਕਿਆਂ ਵਿੱਚ ਜਾਣ ਦੀ ਰਣਨੀਤੀ ਬਣਾਏ ਤੇ ਜਿਹਦਾ ਹਾਈ ਪਾਰਟੀ ਹਾਈ ਕਮਾਂਡ ਨੇ ਸਖਤ ਵਿਰੋਧ ਕੀਤਾ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਜੇ ਕਿਸਾਨ ਲੀਡਰਾਂ ਦਾ 14 ਅਪ੍ਰੈਲ ਦੇ ਪਲਾਨ ਦਾ ਹਲਾਣਾ ਰਕੇਸ਼ ਠਕੈਤ ਨੇ ਕਹੀ ਵੱਡੀ ਗੱਲ ਅੱਜ ਸੋਨੀਪੱਤ ਕੁੰਡਲੀ ਸਰਹੱਦ ਦੇ ਕਿਸਾਨ ਨੇਤਾਵਾਂ ਅਤੇ ਖਾਪ ਪੰਚਾਇਤਾਂ ਦੇ ਇੱਕ ਮਹੱਤਵਪੂਰਨ ਮੀਟਿੰਗ ਹੋਈ ਹੈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਸੋਨੀਪੱਤ ਵਿੱਚ 14 ਅਪ੍ਰੈਲ ਨੂੰ ਹੋਣ ਵਾਲੀ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਪ੍ਰੋਗਰਾਮ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਚੋਟੀ ਦੇ ਆਗੂ ਆਕੂ ਸ਼ੰਤੇ ਕਿਸਾਨ ਆਗੂ ਰਕੇਸ਼ ਠਕੈਤ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਕਹਿ ਕੇ ਕਿਸਾਨ ਮੁੱਖ ਮੰਤਰੀ ਦੇ ਹੈਲੀਪੈਡ ਵਿੱਚ ਇਸਤਮਾਲ ਹੋਣ ਵਾਲੀਆਂ ਇੱਟਾਂ ਦੇ ਨਾਲ ਪੱਕੇ ਮਕਾਨ ਬਣਾਉਣਗੇ ਤੇ ਮੁੱਖ ਮੰਤਰੀ 14 ਅਪ੍ਰੈਲ ਨੂੰ ਸੋਨੀਪਾਟ ਦੇ ਪਿੰਡ ਬਲੌਡੀ ਵਿੱਚ ਬਾਬਾ ਭੀਮਰਾਓ ਅੰਮਿਤਕਰ ਦੇ ਜਨਮ ਦਿਨ ਮੌਕੇ ਉਹਨਾਂ ਦੇ ਬੁੱਤ ਦਾ ਉਦਘਾਟਨ ਕਰਨ ਜਾ ਰਹੇ ਹਨ ਤੇ ਜਿਸ ਵਿੱਚ ਸੀਐਮ ਮਨੋਹਰ ਲਾਲ ਖੱਟੜ ਨੇ ਪਹੁੰਚਣਾ ਹੈ ਤੇ ਉਹ ਕੁੰਡੜੀ ਸਰਹੱਦ ਤੋਂ ਸਿਰਫ 10 ਕਿਲੋਮੀਟਰ ਦੀ ਦੂਰੀ ਤੇ ਹੈ ਸੰਜਗਤ ਕਿਸਾਨ ਮੋਰਚਾ ਪਹਿਲਾਂ ਵੀ ਐਲਾਨ ਕਰ ਚੁੱਕਾ ਹੈ ਕਿ ਸੀਐਮ ਮਨੋਹਰ ਲਾਲ ਖੱਟੜ ਅਤੇ ਉਪ ਮੁੱਖ ਮੰਤਰੀ ਦੁਸ਼ੰਤ ਚੋਟਾਲਾ ਦੇ ਪ੍ਰੋਗਰਾਮ ਦਾ ਹਰਿਆਣਾ ਵਿੱਚ ਜ਼ਰੂਰ ਕੀਤਾ ਜਾਵੇਗਾ ਪਰ ਇਹਦੇ باوجود ਮੁੱਖ ਮੰਤਰੀ ਦਾ ਪ੍ਰੋਗਰਾਮ ਸੋਨੀਪਾਰ ਦੇ ਪਿੰਡ ਬਲੋਡੀ ਵਿੱਚ ਰੱਖਿਆ ਗਿਆ ਹੈ ਤੇ ਕਿਸਾਨ ਅਗਰਕੇਟ ਦਕੈਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਰੀਆਂ ਖਾ ਪੰਚਾਇਤਾਂ ਤੇ ਕਿਸਾਨ ਨੇਤਾਮਾਨ ਨੇ ਫੈਸਲਾ ਲਾਇਆ ਕਿ 14 April ਦੇ ਮੁੱਖ ਮੰਤਰੀ ਦੇ ਪ੍ਰੋਗਰਾਮ ਦਾ ਸਖਤ ਵਿਰੋਧ ਕੀਤਾ ਜਾਵੇਗਾ ਤੇ ਇਸ ਲਈ ਰਣਨੀਤੀ ਤਿਆਰ ਕੀਤੀ ਗਈ ਹੈ। ਅਗਲੀ ਵੱਡੀ ਖਬਰ ਹੈ ਜਿ ਜਸ਼ਨ ਮਨਾਉਣੇ ਬੰਦ ਕਰੋ ਕੋਟਕਪੂਰਾ ਕੇਸ ਹਜੇ ਖਤਮ ਨਹੀਂ ਹੋਇਆ ਅਮਰਿੰਦਰ ਦਾ ਸੁਖਬੀਰ ਨੂੰ ਜਵਾਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਅਗਾਹੂ ਖੁਸ਼ੀਆਂ ਮਨਾਉਣ ਨੂੰ ਕੰਦ ਉੱਤੇ ਲਿਖਿਆ ਪੜ ਕੇ ਬਖਲਾਟ ਵਿੱਚ ਆਉਂਦਾ ਸੰਕੇਤ ਦਿੱਤਾ ਗਿਆ ਤੇ ਇਸ ਆਈ.ਟੀ. ਨੇ ਜਾਂਚ ਨਾਲ ਖੜਾ ਹਾਂ ਕਿ ਕੇਸ ਨੂੰ ਕਾਨੂੰਨੀ ਸਿੱਟੇ ਤੱਕ ਲੈ ਕੇ ਆਉਂਗਾ ਤੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਹਜੇ ਤੱਕ ਨਸ਼ਰ ਨਾ ਹੋਈ ਹਾਈ ਕੋਰਟ ਹੁਕਮਾਂ ਦੇ ਉੱਤੇ ਆਮ ਆਦਮੀ ਪਾਰਟੀ ਦੀਆਂ ਬੇਤੁਕੀਆਂ ਟਿੱਪਣੀਆਂ ਦਾ ਖੋਲੜਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਕੋਟਕਪੂਰਾ ਗੋਲੀकांड ਦੇ ਵਿੱਚ ਹਾਈ ਕੋਰਟ ਦੇ ਹਕਮਾ ਉਤੇ ਖੁਸ਼ੀਆਂ ਮਨਾਉਣ ਲਈ ਸੁਖਬੀਰ ਬਾਦਲ ਦਾ ਮਖੌਲ ਉਡਾਉਂਦਿਆ ਅਡਾਇਆ ਹੈ ਜਰਕੇ ਮਾਨਯੋਗ ਅਦਾਲਤ ਨੇ ਹਜੇ ਹਕਮਾਂ ਦੀ ਕਾਪੀ ਵੀ ਜਾਰੀ ਨਹੀਂ ਕੀਤੀ ਤੇ ਮੁੱਖ ਮੰਤਰੀ ਨਾ ਕਾਲੀ ਲੀਡਰ ਨੂੰ ਜਸ਼ਨ ਨਾ ਮਨਾਉਣ ਲਈ ਆਖਿਆ ਕਿਉਂਕਿ ਇਹ ਮਾਮਲਾ ਹਜੇ ਖਤਮ ਨਹੀਂ ਹੋਇਆ ਕਿ ਮੁੱਖ ਮੰਤਰੀ ਕਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸਲਾਹ ਦਿੰਦੇ ਹੈ ਕਿ ਜਿੱਤ ਦੇ ਦਾਅਵੇ ਕਰਨ ਤੋਂ ਪਹਿਲਾਂ ਘੱਟੋ ਘੱਟ ਹਕਮਾਂ ਦੀ ਕਾਪੀ ਦਾ ਉਡੀਕ ਲੋਵੇ ਤੇ ਕੈਪਟਨ ਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਸਾਲ 2015 ਦੀ ਜਾਂਚ ਘਟਨਾ ਦੀ ਜਾਂਚ ਬਾਰੇ ਹਾਈ ਕੋਰਟ ਦੇ ਫੈਸਲੇ ਸਬੰਧੀ ਮੀਡੀਆ ਰਿਪੋਰਟਾਂ ਦੇ ਉੱਤੇ ਸੁਖਬੀਰ ਬਾਦਲ ਦੇ ਪ੍ਰਤੀਕਰਮਦਮ ਕਾਲ ੜਾਇਆ ਤੇ ਉਹਨਾਂ ਨੇ ਕਿਹਾ ਕਿ ਅਸਲ ਵਿੱਚ ਹਜੇ ਤੱਕ ਅਦਾਲਤ ਦੇ ਫੈਸਲੇ ਦਾ ਅਧਿਕਾਰਤ ਤੌਰ ਤੇ ਕੋਈ ਐਲਾਨ ਨਹੀਂ ਹੋਇਆ